ਮਿਰਾਸ਼ਰੀ ਵਾਲੀ ਰਾਤ ਤੇਰੇ ਅਤੇ ਮੇਰੇ ਆਕਾ ਅਲੈ ਸਲਾਮ ਦੀ ਸਵਾਰੀ ਮੁਬਾਰਕ, ਜਦੋਂ ਹਜ਼ਰਤ ਉਮੇ ਹਾਨੀ ਦੇ ਘਰੋਂ ਬਾਹਰ ਮਸਜਿਦ ਅਕਸਾ ਵਾਲੇ ਪਾਸੇ ਰਵਾਨਾ ਹੋਈਏ। ਇੱਥੇ ਹੁਣ ਇੱਕ ਵੰਡ ਦੀ ਗੱਲ ਆ ਗਈ ਹੈ, ਇਹਨੂੰ ਕਰੀਏ ਅਤੇ ਫਿਰ ਅੱਗੇ ਚੱਲਦੇ ਹਾਂ। ਆਕਾ ਕੋਲੋਂ ਪੁੱਛਿਆ ਗਿਆ, ਯਾ ਹਜ਼ਰਤ 63 ਸਾਲ ਤੁਹਾਡੀ ਜ਼ਹਿਰੀ ਜ਼ਿੰਦਗੀ ਏ, 63 ਸਾਲਾਂ ਦੇ ਅੰਦਰ ਸਭ ਤੋਂ ਜ਼ਿਆਦਾ ਗਮ ਕਦੋਂ ਆਇਆ ਅਤੇ ਸਭ ਤੋਂ ਜ਼ਿਆਦਾ ਖੁਸ਼ੀ ਕਿੱਥੇ ਆਈ ਹੈ? ਮੈਂ ਇੱਕ ਵਾਰੀ ਫਿਰ ਅਰਜ਼ ਕਰ ਪਿਆ ਕਰਨਾ। ਬਾਦਸ਼ਾਹ ਦੇ ਸੁਹਾਬਾ ਨੇ ਪੁੱਛਿਆ ਕਿ ਯਾ ਹਜ਼ਰਤ 63 ਸਾਲਾਂ ਜੋ ਜ਼ਹਿਰੀ ਜ਼ਿੰਦਗੀ ਹੈ ਤੁਹਾਡੀ, ਇਹ 63 ਸਾਲਾਂ ਵਿੱਚ ਸਭ ਤੋਂ ਚੌਖਾ ਗਮ ਕਿੱਥੇ ਆਇਆ ਹੈ ਅਤੇ ਢੇਰ ਸਾਰੀ ਖੁਸ਼ੀ ਕਦੋਂ ਆਈ ਹੈ? ਤੇਰੇ ਅਤੇ ਮੇਰੇ ਆਕਾ ਫਰਮਾਇਆ ਕਿ ਤੈਫ ਦੀ ਬਸਤੀ ਵਿੱਚ ਜਿੰਨਾ ਗਮ ਆਇਆ ਹੈ ਇੰਨੀ ਕਦੀ ਮੁਸ਼ਕਿਲ ਨਹੀਂ ਆਈ, ਅਤੇ ਮਿਰਾਜ ਸ਼ਰੀਫ ਵਾਲੀ ਰਾਤ ਜਿੰਨੀ ਖੁਸ਼ੀ ਹੋਈ ਹੈ ਇੰਨੀ ਕਦੀ ਖੁਸ਼ੀ ਨਹੀਂ ਆਈ। ਬੰਦੇ ਉਹ ਵੀ ਨੇ ਜਿਹੜੇ ਕਬੂਤਰਾਂ ਦੇ ਖੁੱਡਿਆਂ 'ਤੇ ਬੋਲਦੇ ਨੇ, ਬੰਦੇ ਉਹ ਵੀ ਨੇ ਜਿਹੜੇ ਕੁੱਤਿਆਂ ਦੇ ਦੰਗਲ 'ਚ ਬੋਲਦੇ ਨੇ। ਐਸੀ ਜ਼ੁਬਾਨ ਨੂੰ ਕੱਟ ਕੇ ਬੰਦਾ ਕੁੱਤਿਆਂ ਅੱਗੇ ਨਾ ਸੁੱਟੇ ਜਿਹੜੀ ਭੈੜੀਆਂ ਮਹਿਫਲਾਂ 'ਚ ਬੋਲੇ ਅਤੇ ਆਪਣੇ ਨਬੀ ਵਾਸਤੇ ਨਾ ਬੋਲੇ। ਮੇਰੀ ਇੱਕ ਗੱਲ ਸੁਣ ਲੈ, ਤੈਨੂੰ ਸੀਨੇ ਦਾ ਤਵੀਜ਼ ਬਣਾ ਲੈ, ਮੈਂ ਮਰ ਜਾਵਾਂ ਤੈਨੂੰ ਯਾਦ ਰੱਖੀ ਕਿ ਸਾਡਾ ਇੱਕ ਖਤੀਬ ਸੀ ਅਤੇ ਗੱਲ ਕਹਿ ਗਿਆ, ਨਬੀ ਪਾਕ ਵਾਸਤੇ ਤੈਨੂੰ ਜਿੱਥੇ ਬੋਲਣਾ ਪਵੇ ਜਦੋਂ ਬੋਲਣਾ ਪਵੇ ਕੋਈ ਬੁਲਾਵੇ ਬੋਲਿਆ ਕਰ। ਆਕਾ ਵਾਸਤੇ ਤੈਨੂੰ ਘਰ 'ਚ ਬੋਲਣਾ ਪਵੇ, ਬਾਜ਼ਾਰ 'ਚ ਬੋਲਣਾ ਪਵੇ, ਬੱਚਿਆਂ 'ਚ ਬੋਲਣਾ ਪਵੇ, ਰਿਸ਼ਤੇਦਾਰਾਂ 'ਚ ਬੋਲਣਾ ਪਵੇ, ਚਾਰ ਬੰਦਿਆਂ 'ਚ ਬੋਲਣਾ ਪਵੇ, ਤੈਨੂੰ ਜਲਸੇ 'ਚ ਬੋਲਣਾ ਪਵੇ, ਜਲੂਸ 'ਚ ਬੋਲਣਾ ਪਵੇ, ਤੇਰੇ 'ਤੇ ਬੋਲਣਾ ਪਵੇ, ਨਬੀ ਵਾਸਤੇ ਬੋਲਿਆ ਕਰ। ਅਤੇ ਅਗਲੀ ਗੱਲ ਮੈਂ ਹੱਥ ਬੰਨ ਕੇ ਮਿੰਨਤ ਪਿਆ ਕਰਨਾ ਵੀ ਜਿੱਥੇ ਵੀ ਬੋਲੀ ਬੋਲੀ ਨਬੀ ਦੇ ਹੱਕ ਵਿੱਚ। ਦੋ ਵੱਜ ਗਿਆ, ਸਿਆਣਾ ਬਣ, ਕੱਲ੍ਹ ਵੀ ਕੋਈ ਜਲਸਾ ਕਵਰ ਕਰਨਾ ਅਤੇ ਮੈਨੂੰ ਚੁੱਕ ਚੁਕਾ ਨਾ ਕਰ, ਮੈਂ ਪੁਰਾਣਾ ਹੋ ਗਿਆ। ਇਹ ਨਵੇਂ ਨੂੰ ਹੁੰਦਾ ਵੀ ਜ਼ਰਾ ਚੁੱਕ ਚੁਕਾ ਕਰੀ, ਮੇਰੀ ਕੋਈ ਗੱਲ ਬਣ ਜਾ, ਮੇਰੀ ਰੱਬ ਬਣਾਈ ਹੈ, ਮੈਨੂੰ ਤੇਰੇ ਚੁੱਕਣ ਦੀ ਲੋੜ ਨਹੀਂ, ਬੋਲਦੇ ਰਹੋ ਬਸ। ਧਿਆਨ ਨਾਲ ਸੁਣਨਾ ਬਾਈ, ਜਿੱਥੇ ਵੀ ਬੋਲਣਾ ਪਵੇ ਬੋਲੀ ਨਬੀ ਦੇ ਹੱਕ ਵਿੱਚ। ਅੱਜ ਤੂੰ ਨਬੀ ਦੇ ਹੱਕ ਵਿੱਚ ਬੋਲੇਗਾ, ਕਿਆਮਤ ਵਾਲੇ ਦਿਨ ਜਦੋਂ ਤੈਨੂੰ ਲੋੜਾਂ ਪੈਣਗੀਆਂ, ਜ਼ਹਰਾ ਦਾ ਬਾਬਾ ਤੇਰੇ ਹੱਕ ਵਿੱਚ ਵੀ ਬੋਲੇਗਾ, ਮੇਰੇ ਹੱਕ ਵਿੱਚ ਵੀ ਬੋਲੇਗਾ, ਅਤੇ ਗੱਲ ਉੱਥੇ ਉਹਦੀ ਬਣਨੀ ਹੈ ਜਿਹਦੇ ਹੱਕ ਵਿੱਚ ਬਾਦਸ਼ਾਹ ਬੋਲੇਗਾ। ਅੱਛਾ, ਦੁਨੀਆ ਦਾ ਇੱਕ ਰਿਵਾਜ ਹੈ, ਮੈਂ ਸ਼ਾਦੀ ਕੀਤੀ ਹੈ ਪੁੱਤਰ ਦੀ, ਮੈਂ ਇੱਥੇ ਬਾਬੇ ਮਸੂਦ ਅਹਿਮਦ ਸਾਹਿਬ ਸਰਕਾਰ ਨੂੰ ਬੁਲਾਇਆ ਕਿ ਮੇਰੇ ਬੱਚੇ ਦੇ ਆਈਏ, ਆਪਣੇ ਪੋਤਰੇ ਦਾ ਨਿਕਾਹ ਵੀ ਪੜ੍ਹਾਈਓ ਅਤੇ ਦੁਆ ਵੀ ਕਰੀਓ। ਇਹ ਤਸ਼ਰੀਫ ਲਿਆਏ, ਨਿਕਾਹ ਵੀ ਪੜ੍ਹਾਇਆ ਨੇ ਅਤੇ ਦੁਆ ਵੀ ਕੀਤੀ ਹੈ ਅਤੇ ਹਜ਼ਾਰ ਵੀ ਕੱਢ ਕੇ ਮੈਨੂੰ ਦਿੱਤਾ ਨੇ। ਮੈਂ ਕਿਹਾ ਕੀ ਹੈ? ਉਹਨਾਂ ਫਰਮਾਇਆ ਨੇਂਦਰ ਹੈ। ਫਿਰ ਮੈਨੂੰ ਇਹ ਨਾ ਫੋਨ ਕੀਤਾ ਵੀ ਪੁੱਤਰ ਹੈ ਤੂੰ ਸਾਡਾ ਅਤੇ ਮੈਂ ਤੇਰੇ ਭਰਾ ਦੀ ਸ਼ਾਦੀ ਪਿਆ ਕਰਨਾ ਅਤੇ ਮੈਂ ਵੀ ਆ ਗਿਆ ਅਤੇ ਮੈਂ ਵੀ ਹਜ਼ਾਰ ਦਾ ਹਜ਼ਾਰ ਹੀ ਦੇਵਾਂ। ਮੇਰਾ ਖਿਆਲ ਹੈ ਸਿਆਣੇ ਬੰਦੇ ਸਮਝ ਜਾਂਦੇ ਨਾ ਵੀ ਗੱਲ ਮੁਕਾ ਗਿਆ ਡੋਗਰ, ਅਤੇ ਜੇ ਮੈਂ ਹਜ਼ਾਰ ਦਾ 2000 ਦੇਵਾਂ ਤਾਂ ਫਿਰ ਅੰਨਿਆਂ ਨੂੰ ਵੀ ਪਤਾ ਲੱਗਿਆ ਵੀ ਗੱਲ ਇਹਨੇ ਮੁਕਾਈ ਨਹੀਂ, ਬਿਰਾਦਰੀ ਅੱਗੇ ਵਧਾਊ ਹੈ। ਜਿਹੜਾ ਬੰਦਾ ਸਿਆਣਾ ਹੋਵੇ ਉਹ ਮੇਰੀਆਂ ਗੱਲਾਂ ਸਮਝੇ, ਅਤੇ ਜਿਹੜਾ ਸਿਆਣਾ ਕੋਈ ਨਹੀਂ ਨਾ ਉਹ ਆਖੇ ਡੋਗਰ ਨੂੰ ਕੱਖ ਦੀ ਸਮਝ ਨਹੀਂ, ਉਹਨੂੰ ਆਪ ਸਮਝ ਕੋਈ ਨਹੀਂ। ਮੈਂ ਤਾਂ ਮੱਝ ਅੱਗੇ ਗੱਲਾਂ ਕਰਾਂ ਅਤੇ ਮੱਝ ਹਿੱਲ ਪੈਂਦੀ ਹੈ, ਤੂੰ ਤਾਂ ਆਸ਼ਕੇ ਰਸੂਲ ਹੈ। ਆ ਮੇਰੇ ਵੱਲ ਜ਼ਰਾ ਤੱਕੀ, ਉਹ ਜੇ ਹਜ਼ਾਰ ਉਹਨਾਂ ਦਿੱਤਾ ਅਤੇ ਹਜ਼ਾਰ ਦਾ ਮੈਂ ਹਜ਼ਾਰ ਹੀ ਦੇ ਛੱਡਾਂ, ਮਲੂਮ ਹੋਇਆ ਬਿਰਾਦਰੀ ਮੈਂ ਮੁਕਾ ਗਿਆ, ਅਤੇ ਜੇ ਮੈਂ ਹਜ਼ਾਰ ਦਾ 2000 ਕਰਦੇ ਹਾਂ ਮਲੂਮ ਹੋਇਆ ਬਿਰਾਦਰੀ ਅੱਗੇ ਟੋਰੂੰਗਾ। ਤੂੰ ਜਿਹਨੂੰ ਨਿਉਂਦਾ ਪਾਵੇਂ ਅਤੇ ਉਹ ਤੈਨੂੰ ਵਾਧਾ ਦਿੰਦਾ ਹੈ, ਮੈਂ ਜਿਹਨੂੰ ਨਿਉਂਦਾ ਪਾਵਾਂ ਅਤੇ ਉਹ ਮੈਨੂੰ ਵਾਧਾ ਦਿੰਦਾ ਹੈ। ਤੂੰ ਨਬੀ ਦੀ ਸ਼ਾਨ ਸੁਣ ਕੇ ਜਦੋਂ ਸੁਭਾਨ ਅੱਲਾ ਕਹਿੰਦਾ ਨਾ ਤਾਂ ਮਦੀਨੇ ਵਾਲਾ ਆਉਂਦਾ, ਮੈਂ ਤਾਂ ਕਿਸੇ ਦਾ ਰੱਖਣ ਵਾਲਾ ਹੀ ਨਹੀਂ। ਭਾਈ ਕਿਆ ਬਾਤ ਹੈ, ਜਿਹੜੇ ਬੰਦੇ ਨਹੀਂ ਸਮਝੇ ਉਹਨਾਂ ਬੰਦਿਆਂ ਦੀ ਕਿਆ ਬਾਤ ਹੈ, ਜਿਹੜੇ ਬੰਦੇ ਗੂੰਗੇ ਬੈਠੇ ਉਹ ਤੁਹਾਡੀ ਬਾਈ ਕਿਆ ਬਾਤ ਹੈ। ਲਓ ਜੀ, ਪਹਿਲੀ ਗੱਲ ਦੀ ਵੰਡ ਸੁਣੋ। ਮੈਂ ਆਖਿਆ ਵੀ 63 ਸਾਲਾਂ ਵਿੱਚ ਸਭ ਤੋਂ ਖੁਸ਼ੀ ਦਾ ਜਿਹੜਾ ਮੌਕਾ ਹੈ ਉਹ ਕਦੋਂ ਆਇਆ? ਜੇ ਮਿਰਾਜ ਸ਼ਰੀਫ ਵਾਲੀ ਰਾਤ ਔਖਾ ਟਾਈਮ ਆਇਆ,
ਤੈਫ ਦੀ ਬਸਤੀ 'ਚ ਅਤੇ ਮਿਰਾਜ ਬਾਦਸ਼ਾਹ ਨੂੰ ਹੋਈ ਇਹ ਭੈਣ ਦੇ ਘਰੋਂ ਇਹ ਹਜ਼ਰਤ ਉਮੇ ਆਨੀ ਮੇਰੇ ਨਬੀ ਦੀ ਚੱਚਾ ਜ਼ਾਤ ਭੈਣ ਏ ਮੌਲਾ ਮੁਰਤਜ਼ਾ ਦੀ ਸਕੀ ਭੈਣ ਏ ਜਨਾਬੇ ਅਬੂ ਤਾਲਬ ਦੀ ਬੇਟੀ ਏ ਅਤੇ ਹਜ਼ੂਰ ਭੈਣ ਦੇ ਘਰ ਲੇਟੇ ਸਨ ਯਾਰ ਸੁਣ ਲਾ ਏਡੀ ਖੁਸ਼ੀ ਦੀ ਰਾਤ ਭੈਣ ਦੇ ਘਰ ਕਿਉਂ ਲੇਟੇ ਸੋ ਫਰਮਾਇਆ ਉਮਤ ਨੂੰ ਪੈਗਾਮ ਦੇਣਾ ਚਾਹੁੰਦਾ ਵੀ ਜਦੋਂ ਵੀ ਖੁਸ਼ੀ ਦਾ ਮੌਕਾ ਹੋਵੇ ਭੈਣਾਂ ਨੂੰ ਕੰਡ ਨਹੀਂ ਕਰੀਦੀ ਭਾਈ ਕਿਆ ਬਾਤ ਹੈ ਜਿਹੜੇ ਬੰਦੇ ਬੋਲ ਰਹੇ ਉਹਨਾਂ ਦੀ ਕਿਆ ਬਾਤ ਹੈ ਜਿਹੜੇ ਨਹੀਂ ਬੋਲ ਰਹੇ ਨਾਰਾਜ਼ ਮੈਂ ਉਹਨਾਂ 'ਤੇ ਵੀ ਨਹੀਂ ਹਾਂ ਲਓ ਜੀ ਮੇਰਾ ਮੌਜੂ ਇਹ ਨਹੀਂ ਹੈ ਗੱਲ ਆ ਗਈ ਸੀ ਵੰਡ ਦੀ ਅਤੇ ਮੈਂ ਕੀਤੀ ਹੈ ਕਿਉਂਕਿ ਵਾਲ ਤੋਂ ਖਲ ਨਾ ਲਾਵਾਂ ਮੈਨੂੰ ਸਵਾਦ ਨਹੀਂ ਆਉਂਦਾ ਗੱਲ ਮੈਂ ਅਗਲੀ ਲੱਗਿਆ ਕਰਨ ਇਹ ਬਾਦਸ਼ਾਹ ਦੀ ਸਵਾਰੀ ਹਜ਼ਰਤ ਉਮੇ ਹਾਨੀ ਦੇ ਘਰੋਂ ਬਾਹਰ ਕਿੱਧਰ ਤੁਰੀ ਹੈ ਮਸਜਿਦ ਏ ਅਕਸਾ ਵਾਲੇ ਪਾਸੇ ਇਹ ਸਵਾਰੀ ਬਾਦਸ਼ਾਹ ਦੀ ਘਰੋਂ ਤੁਰੀ ਏ ਅਤੇ ਅੱਲਾਹ ਨੇ ਹਜ਼ਰਤ ਆਦਮ ਅਲੈ ਸਲਾਮ ਤੋਂ ਲੈ ਕੇ ਹਜ਼ਰਤ ਈਸਾ ਅਲੈ ਸਲਾਮ ਤੱਕ ਸਾਰੇ ਨਬੀਆਂ ਨੂੰ ਹੁਕਮ ਦਿੱਤਾ ਆਰਡਰ ਦਿੱਤਾ ਫਰਮਾਨ ਜਾਰੀ ਹੋ ਗਿਆ ਅਮਰ ਹੋ ਗਿਆ ਅੱਲਾਹ ਫਰਮਾਇਆ ਕਿ ਮੇਰੇ ਮਹਿਬੂਬ ਦੀ ਸਵਾਰੀ ਆਪਣੀ ਭੈਣ ਦੇ ਘਰੋਂ ਮਸਜਿਦ ਅਕਸਾ ਵਾਲੇ ਪਾਸੇ ਤੁਰ ਪਈ ਏ ਅਤੇ ਤੁਸੀਂ ਜਿਤਨੇ ਵੀ ਮੇਰੇ ਨਬੀ ਹੋ ਮੇਰੇ ਮਹਿਬੂਬ ਦੀ ਸਵਾਰੀ ਮਸਜਿਦ ਅਕਸਾ ਦੇ ਅੰਦਰ ਪਹੁੰਚਣ ਤੋਂ ਪਹਿਲੇ ਪਹਿਲੇ ਪਹੁੰਚਣ ਤੋਂ ਬਾਅਦ ਨਹੀਂ ਇਹ ਮੇਰੇ ਮਹਿਬੂਬ ਦੀ ਸਵਾਰੀ ਪਹੁੰਚਣ ਤੋਂ ਪਹਿਲੇ ਪਹਿਲੇ ਸਾਰੇ ਨਬੀ ਮਸਜਿਦ ਅਕਸਾ ਵਿੱਚ ਇਕੱਠੇ ਹੋ ਜਾਓ ਤਸ਼ਰੀਫ ਲੈ ਜਾਓ ਇਕੱਠ ਕਰ ਜਾਓ ਇਜਤਮਾਹ ਕਰ ਜਾਓ ਅਤੇ ਉੱਥੇ ਜਮ੍ਹਾਂ ਹੋ ਜਾਓ ਆਦਮ ਪਾਕ ਕੋਲੋਂ ਲੈ ਕੇ ਈਸਾ ਪਾਕ ਤੱਕ ਸਾਰਿਆਂ ਪਾਕਾਂ ਪੁੱਛਿਆ ਯਾ ਅੱਲਾ ਉੱਥੇ ਕਰਨਾ ਕੀ ਇਹ ਫਰਮਾ ਕਰਨਾ ਕੁਝ ਵੀ ਨਹੀਂ ਕੰਮ ਸਿਰਫ ਤੁਸਾਂ ਦੋ ਕਰਨੇ ਨੇ ਮੇਰੇ ਮਹਿਬੂਬ ਦੀ ਸਵਾਰੀ ਜਦੋਂ ਮਸਜਿਦ ਅਕਸਾ ਦੇ ਗੇਟ ਦੇ ਸਾਹਮਣੇ ਪਹੁੰਚ ਜਾਏ ਤੁਸਾਂ ਸਾਰੇ ਨਬੀਆਂ ਇੱਕ ਤੇ ਖਲੋ ਕੇ ਸੋਨੇ ਦਾ ਇਸਤਕਬਾਲ ਕਰਨਾ ਜਿਹੜੇ ਬੰਦੇ ਨੂੰ ਅੰਦਰੋਂ ਖੁਸ਼ੀ ਹੈ ਕਿ ਸਾਡੇ ਨਬੀ ਦਾ ਇਸਤਕਬਾਲ ਨਬੀਆਂ ਕੀਤਾ ਹੈ ਤੇ ਉਹ ਬੰਦਾ ਜ਼ਰਾ ਮਿਹਰਬਾਨੀ ਕਰੇ ਖੁੱਲ ਕੇ ਆਖੋ ਮੈਂ ਤੁਹਾਨੂੰ ਆਖਿਆ ਵੀ ਤਿੰਨ ਦੀਆਂ ਤਿੰਨ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਵੱਡੇ ਸਾਈਆਂ ਦੀ ਪਿਆ ਕਰਨਾ ਇੱਕ ਫਿਰ ਉਹ ਸੈਰ ਬਾਦਸ਼ਾਹ ਦੀ ਕਰਨੀ ਹੈ ਕਿਉਂਕਿ ਮੇਰੀ ਥੋੜ੍ਹੀ ਜਿਹੀ ਕੁਝ ਮਜਬੂਰੀ ਹੈ ਅਤੇ ਫਿਰ ਆਖਰੀ ਗੱਲ ਮੈਂ ਫਿਰ ਚੌਂ ਯਾਰਾਂ ਦੀ ਕਰਨੀ ਹੈ ਤਾਂ ਕਿ ਮੈਂ ਸੁਣੀ ਹਾਂ ਅੱਖਾਂ ਮੇਰੀਆਂ ਦੋਵੇਂ ਠੀਕ ਨੇ ਮੈਂ ਲੋਲਾ ਲੰਗੜਾ ਵੀ ਨਹੀਂ ਅਤੇ ਕਾਣਾ ਵੀ ਨਹੀਂ ਸੁਣੀ ਹਾਂ ਅਤੇ ਸੁਣੀ ਹਾਂ ਅਤੇ ਕਿਸੇ ਸਿਆਣੇ ਬੰਦੇ ਆਖਿਆ ਸੀ ਕਿ ਆਪਣਾ ਛੋੜੋ ਨਾ ਅਤੇ ਕਿਸੇ ਦਾ ਛੇੜੋ ਨਾ ਇਹ ਗੱਲ ਉਹਨਾਂ ਸਵਾਦੀ ਕੀਤੀ ਸੀ ਇਹਦੇ ਤਹਿਤ ਹੀ ਆ ਤਿੰਨ ਗੱਲਾਂ ਤੁਹਾਡੀ ਨਜ਼ਰ ਨੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਸਵਾਰੀ ਬਾਦਸ਼ਾਹ ਦੀ ਤੁਰੀ ਏ ਮਸਜਿਦ ਅਕਸਾ ਵਿੱਚ ਸਵਾਰੀ ਪਹੁੰਚਣ ਤੋਂ ਪਹਿਲੇ ਪਹਿਲੇ ਹਜ਼ਰਤ ਆਦਮ ਅਲੈ ਸਲਾਮ ਤੋਂ ਲੈ ਕੇ ਹਜ਼ਰਤ ਈਸਾ ਅਲੈ ਸਲਾਮ ਤੱਕ ਸਾਰੇ ਨਬੀ ਮਸਜਿਦ ਅਕਸਾ ਵਿੱਚ ਇਕੱਠੇ ਸਨ ਤਸ਼ਰੀਫ ਫਰਮਾ ਸਨ ਫਿਰ ਇੱਕ ਨੁਕਤੇ ਦੀ ਗੱਲ ਏ ਇੱਥੇ ਇੱਕ ਵੰਡ ਦੀ ਗੱਲ ਏ ਮੈਂ ਜੀ ਕਰੂੰ ਆ ਵੰਡ ਦੀ ਗੱਲ ਜ਼ਰਾ ਧਿਆਨ ਰੱਖੀਓ ਇਹ ਹਜ਼ਰਤ ਆਦਮ ਅਲੈ ਸਲਾਮ ਮਸਜਿਦ ਅਕਸਾ ਵਿੱਚ ਕਿੱਥੋਂ ਆਏ ਸਨ ਆਪਣੀ ਕਬਰ ਪਾਕ ਵਿੱਚੋਂ ਹਜ਼ਰਤ ਮੂਸਾ ਅਲੈ ਸਲਾਮ ਕਿੱਥੋਂ ਆਏ ਸਨ ਆਪਣੀ ਕਬਰ ਪਾਕ ਵਿੱਚੋਂ ਹਜ਼ਰਤ ਅਯੂਬ ਅਲੈ ਸਲਾਮ ਕਿੱਥੋਂ ਆਏ ਸਨ ਆਪਣੀ ਕਬਰ ਪਾਕ ਵਿੱਚੋਂ ਹਜ਼ਰਤ ਈਸਾ ਅਲੈ ਸਲਾਮ ਤੋਂ ਬਗੈਰ ਹਜ਼ਰਤ ਈਸਾ ਅਲੈ ਸਲਾਮ ਨੂੰ ਵਿੱਚੋਂ ਕੱਢ ਕੇ ਬਾਕੀ ਸਾਰੇ ਨਬੀ ਆਪਣੀਆਂ ਆਪਣੀਆਂ ਕਬਰਾਂ ਪਾਕਾਂ ਦੇ ਵਿੱਚੋਂ ਮਸਜਿਦ ਅਕਸਾ ਵਿੱਚ ਹਾਜ਼ਰ ਸਨ ਤਸ਼ਰੀਫ ਫਰਮਾ ਸਨ ਅਤੇ ਇਕੱਠੇ ਸਨ ਮੈਂ ਹੱਥ ਬੰਨ ਕੇ ਮਿੰਨਤ ਕਰਕੇ ਪਿਆ ਨਾ ਹੋਏ ਜਿਹਦੇ ਮੁਕਤਦੀ ਇਹ ਜ਼ਿੰਦਾ ਨ ਜਿਨ੍ਹਾਂ ਦੇ ਮੁਕਤਦੀਆਂ ਦੀ ਜ਼ਿੰਦਗੀ ਦਾ ਇਹ ਕਮਾਲ ਏ ਅਤੇ ਇਮਾਮ ਦੀ ਹਯਾਤ ਦਾ ਮਰਤਬਾ ਕੀ ਹੋਵੇਗਾ ਸਮਝ ਆ ਰਹੀ ਹੈ ਕੋਈ ਗੱਲ ਦੀ ਲਓ ਜੀ ਜਿਹੜੀ ਗੱਲ ਵਾਸਤੇ ਮੈਂ ਗੱਲ ਸ਼ੁਰੂ ਕੀਤੀ ਹੁਣ ਗੱਲ ਦੀ ਸਮਝ ਆ ਰਹੀ ਇਕੱਲੀ ਗੱਲ ਦੀ ਸੀਡੀ ਤੂੰ ਕੋਈ ਨਹੀਂ ਦਿੱਤੀ ਅਤੇ ਗੱਲ ਇਕੱਲੀ ਇਕੱਲੀ ਸਮਝਾ ਮੈਂ ਤੇ ਦੁਸ਼ਮਣ ਤੋਂ ਮੰਗਾਂ ਤਾਂ ਮੈਨੂੰ ਸ਼ਾਇਦ ਇਹ ਛੱਡਦਾ ਅਤੇ ਇਕੱਲੀ ਇਕੱਲੀ ਗੱਲ ਮੈਨੂੰ ਸਮਝਾ ਇਕੱਲੀ ਇਕੱਲੀ ਗੱਲ ਦੀ ਸਮਝ ਆਵੇ ਵੰਡ ਹੋਵੇ ਤਾਂ ਕਿ ਮਸਲੇ ਦੀ ਜ਼ੋਰ ਮੈਂ ਲਾਉਣਾ ਹੀ ਕੋਈ ਨਹੀਂ ਮੈਨੂੰ 25-26 ਸਾਲ ਹੋ ਗਏ ਤਕਰੀਰ ਕਰਦਿਆਂ ਮੈਂ ਬੜਾ ਜ਼ੋਰ ਲਾਉਂਦਾ ਸੀ ਮੈਨੂੰ ਇੱਕ ਸਿਆਣੇ ਬੰਦੇ ਮੱਤ ਦਿੱਤੀ ਹੈ ਵੀ ਡੋਗਰਾ ਗੱਲ ਜ਼ੋਰ ਨਾਲ ਨਹੀਂ ਬਣਦੀ ਗੱਲ ਵਿੱਚ ਜ਼ੋਰ ਹੋਣਾ ਚਾਹੀਦਾ ਉਦੋਂ ਤਾਂ ਭਾਵੇਂ ਮੈਂ 20 ਗੱਲ ਮੈਂ ਘਰ ਦੀਆਂ ਗੱਲਾਂ ਵੀ ਕਰੀ ਜਾਵਾਂ ਤਾਂ ਬੰਦੇ ਨਾਰੇ ਮਾਰੀ ਜਾਂਦੇ ਨੇ ਮੈਂ ਆਪਣੀਆਂ ਘਰ ਦੀਆਂ ਸ਼ੁਰੂ ਕਰਨਾ ਤਾਂ ਬੰਦੇ ਆਉਂਦੇ ਨੇ ਵੀ ਕਿਆ ਬਾਤ ਹੈ ਵੀ ਕਿਆ ਬਾਤ ਹੈ ਵੀ ਕਿਆ ਬਾਤ ਹੈ ਵੀ ਕਿਆ ਬਾਤ ਹੈ ਹੁਣ ਜਿਹੜੇ ਬੰਦੇ ਮੇਰੇ ਨਾਲ ਹਸਦ ਰੱਖਦੇ ਨੇ ਉਹਨਾਂ ਨੂੰ ਆਹਨਾ ਵੀ ਇਹ ਤਾਂ ਅੱਲਾਹ ਕੋਲੋਂ ਪੁੱਛੋ ਨਾ ਜਿਹਨੇ ਬੰਦੇ ਨੂੰ ਇੱਜ਼ਤ ਦੇ ਚੱਲੀਏ ਧਿਆਨ ਨਾਲ ਜ਼ਰਾ ਸੁਣਨਾ ਬਾਈ ਬਾਦਸ਼ਾਹ ਦੀ ਸਵਾਰੀ ਮਸਜਿਦ ਅਕਸਾ ਵਿੱਚ ਪਹੁੰਚ ਗਈ ਅਤੇ ਨਬੀਆਂ ਇਸਤਕਬਾਲ ਵੀ ਕੀਤਾ ਅਤੇ ਨਾਰੇ ਵੀ ਵੱਜ ਗਏ ਅਤੇ ਗੱਲ ਸ਼ੁਰੂ ਹੋ ਗਈ ਵੀ ਇਕੱਠੇ ਹੋ ਗਏ ਹਾਂ ਰੱਬੋ ਰੱਬੀ ਉਹ ਥੋੜ੍ਹੀ ਜਿਹੀ ਖਿਤਾਬਤ ਵੀ ਵਿੱਚ ਪਾ ਲਵਾਂ ਨਾ
فرمایا سارے کٹھے ہو گئے ہاں حضرت آدم علیہ السلام تو لے کے تے حضرت عیسیٰ علیہ السلام تک تے عیسیٰ علیہ السلام تو لے کے بادشاہ تک سارے ہو گئے ہاں کٹھے تے ایتھے ذرا جماعت نہ ہو جائے نماز نہ پڑھ لئیے نماز نہ پڑھ لئیے تیرے بچیاں نو گل یاد ہے میں کوئی کسے دے علم چ اضافہ کرن جوگا ہی نہیں میری اتنی حیثیت ہی نہیں میں علم ہی نہیں رکھدا میں عرض کرنا چاہنا بھی جماعت نہ ہو جائے تے پھر میرے نبیاں نے نماز پڑھیے تے بادشاہ نے امامت کرائیے گل پھر ونڈ دی آ گئی اے نمازاں ادو فرض ہوئیاں جدو آقا معراج تے تشریف لے گئے تے اتے گئے تے 50 ملیاں تے حضرت موسیٰ علیہ السلام ملے پھر 45 معاف تے باقی 5 بچیاں اے ساری گل ادو ہوئی ہے جدو بادشاہ اتاں گئے اے مسجد اقصی اتے نہیں آئی تھلے آئی ہے